G5 ਚੈਨਲ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਰਦੇ ਕਰਾਉਂਦੇ ਕੈਪਟਨ ਸਰਕਾਰ ਦਾ ਇੱਕ ਵਰਾ ਮੁਕੰਮਲ ਹੋ ਗਿਆ ਅਤੇ ਚੋਣ ਮਨੋਰਥ ਚ ਕੀਤੇ ਵਾਅਦੇ ਮੁਤਾਬਕ ਹਰ ਘਰ ਨੌਕਰੀ ਯੋਜਨਾ ਤਹਿਤ ਸਰਕਾਰ ਨੇ ਲੁਧਿਆਣਾ ਚ ਰੁਜ਼ਗਾਰ ਮੇਲਾ ਲਾਇਆ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਹਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ 'ਚ ਆਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਲੁਧਿਆਣਾ 'ਚ ਰੋਜ਼ਗਾਰ ਮੇਲਾ ਲਾਇਆ। ਇਸ ਰੋਜ਼ਗਾਰ ਮੇਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਤਕਰੀਬਨ 9,592 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਕੈਪਟਨ ਨੇ ਕਿਹਾ ਕਿ ਇਹ ਤਾਂ ਮਹਿਜ਼ ਸ਼ੁਰੂਆਤ ਹੈ। ਉਹਨਾਂ ਕਿਹਾ ਕਿ ਹਰ ਸਾਲ ਇਸੇ ਤਰੀਕੇ ਨੌਕਰੀਆਂ ਦੇ ਗੱਫੇ ਦਿੱਤੇ ਜਾਣਗੇ। ਅਸੀਂ 1,61,522 ਬੱਚਿਆਂ ਨੂੰ ਇੱਥੇ ਨੌਕਰੀਆਂ, ਅਤੇ ਇਸ ਸਾਲ ਦੇ ਵਿੱਚ ਆ ਸਾਡਾ ਸਾਲ ਪੂਰਾ ਹੋ ਚੱਲਿਆ ਅੱਜ ਇਹਦੇ ਦੌਰਾਨ ਹੋਇਆ, ਲੇਕਿਨ ਅੱਜ 9,592 ਅੱਜ ਬੱਚੇ ਇੱਥੋਂ ਆਪਣੇ ਰੋਜ਼ਗਾਰ ਦੇ ਅਪੁਆਇੰਟਮੈਂਟ ਲੈਟਰਸ ਲੈਣਗੇ। ਟੋਟਲ ਜੋ ਸਾਡੇ ਰੋਜ਼ਗਾਰ ਮੇਲੇ ਜੋ ਅਸੀਂ ਐਲਾਨ ਕੀਤਾ ਸੀ ਪਹਿਲਾਂ, ਉਹ 22,560 ਤਕਰੀਬਨ ਬੱਚਿਆਂ ਨੂੰ ਅਸੀਂ ਦੇ ਚੁੱਕੇ ਹਾਂ, ਔਰ ਇਹ ਹਰ ਕੁਛ ਮਹੀਨਿਆਂ ਬਾਅਦ ਇਹ ਮੇਲੇ ਹੋਣਗੇ। ਔਰ ਸਾਡੀ ਇੱਕੋ ਹੀ ਤਮੰਨਾ ਹੈ ਕਿ ਸਾਡੇ ਬੱਚੇ ਕੋਈ ਪਿੱਛੇ ਰਹਿ ਨਾ ਜਾਵੇ, ਸਾਰੇ ਪੰਜਾਬ ਦੇ ਸ਼ਹਿਰਾਂ 'ਚੋਂ ਔਰ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਅਸੀਂ ਨੌਕਰੀਆਂ ਦਵਾ ਸਕੀਏ ਜਿੱਥੇ ਉਹ ਆਪਣਾ ਭਵਿੱਖ ਬਣਾ ਸਕਣ। ਅੱਜ ਇਹ ਵੀ ਖੁਸ਼ੀ ਦੀ ਗੱਲ ਹੈ ਮੈਨੂੰ ਅੱਜ ਦੇ ਕੇ ਅੰਕੜੇ ਕਿ ਇਸ ਸਾਲ ਦੇ ਵਿੱਚ ਮੀਡੀਅਮ ਅਤੇ ਸਮਾਲ ਇੰਡਸਟਰੀ ਤਕਰੀਬਨ 15,000 ਯੂਨਿਟਸ ਰਜਿਸਟਰ ਹੋਏ ਨੇ 17-18 ਦੇ ਵਿੱਚ, ਔਰ ਇਹਦੀ ਇੱਕ ਵਾਰ ਇਹ ਲੱਗ ਜਾਣ ਤਾਂ ਤਕਰੀਬਨ 90,000 ਨੌਕਰੀਆਂ ਤਾਂ ਇਹਦੇ ਵਿੱਚ ਹੀ ਹੋਣਗੀਆਂ। ਲੇਕਿਨ ਇਹ ਤੋਂ ਇਲਾਵਾ ਹੋਰ ਜਗ੍ਹਾ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਆਪਣੇ ਬਾਹਰਲੇ ਸੂਬਿਆਂ ਵਿੱਚ ਵੀ, ਜੈਸੇ ਅੱਜ ਮੈਨੂੰ ਕੋਈ ਕਹਿ ਰਿਹਾ ਸੀ MA ਮਾਰੂਤੀ ਦੇ ਵਿੱਚ ਦਿੱਲੀ ਲੱਗ ਰਹੇ ਹੈ ਜਾਂ ਕੋਈ ਹੋਰ ਕਿਤੇ ਲੱਗ ਰਹੇ ਨੇ, ਤਾਂ ਇਹ ਬਹੁਤ ਦੂਰ ਤੱਕ ਇਹ ਜਿਹੜੀ ਸਾਡੀ ਅਪੁਆਇੰਟਮੈਂਟਸ ਨੇ ਫੈਲੀਆਂ ਨੇ। ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਲਈ ਵੱਡਾ ਖਤਰਾ ਬਣ ਕੇ ਉਭਰੇ ਗੈਂਗਸਟਰਵਾਦ ਨੂੰ ਮੁੱਖ ਮੰਤਰੀ ਨੇ ਆਪਣੇ ਨਿਸ਼ਾਨੇ 'ਤੇ ਲਿਆ। ਉਹਨਾਂ ਕਿਹਾ ਕਿ ਸੂਬੇ 'ਚ ਕਿਸੇ ਤਰੀਕੇ ਦੀ ਗੜਬੜ ਬਰਦਾਸ਼ਤ ਨਹੀਂ ਕੀਤੀ ਜਾਏਗੀ। ਅਸੀਂ ਸ਼ਾਂਤੀ ਦਾ ਮਾਹੌਲ ਪੰਜਾਬ ਦੇ ਵਿੱਚ ਰੱਖਾਂਗੇ। ਅਗਰ ਕੋਈ ਸੋਚਦਾ ਕਿ ਮੈਂ ਇੱਥੇ ਕੋਈ ਗੜਬੜ ਕਰੂੰਗਾ ਜਾਂ ਕੋਈ ਅਸਲੇ ਦੇ ਨਾਲ ਕਿਸੇ ਨੂੰ ਧਮਕੀ ਕਰੂੰਗਾ ਜਾਂ ਗੋਲੀ ਚਲਾਊਂਗਾ ਜਾਂ ਕਿਸੇ ਨੂੰ ਐਸੇ ਜ਼ਖਮੀ ਕਰੂੰਗਾ ਜਾਂ ਮਾਰ ਦੂੰਗਾ, ਤਾਂ ਮੈਂ ਤੁਹਾਨੂੰ ਦੱਸਦਾ ਅੱਜ ਹੀ ਤੁਸੀਂ ਆਪਣਾ ਬਚ ਕੇ ਰਹਿਣਾ। ਜਿਹੜਾ ਕਾਨੂੰਨ ਤੋੜਦਾ ਉਹਨੂੰ ਮੈਂ ਛੱਡਣਾ ਹੈ ਨਹੀਂ। ਅਸੀਂ ਆਬ ਹਵਾ ਠੀਕ ਰੱਖਣੀ ਹੈ, ਅਸੀਂ ਪੰਜਾਬ ਨੂੰ ਸਹੀ ਰਾਹ 'ਤੇ ਤੋਰਨਾ, ਔਰ ਇਹਦੇ ਵਿੱਚ ਜਿਹੜੇ ਮੇਰੇ ਅੱਜ ਬੇਟੇ ਬੈਠੇ ਨੇ ਵਰਦੀਆਂ ਦੇ ਵਿੱਚ, ਤੁਸੀਂ ਆ ਕੇ ਫੋਰਸ ਨੂੰ ਜੁਆਇਨ ਕਰਨਾ ਔਰ ਤੁਸੀਂ ਇਹਦੇ ਵਿੱਚ ਆਪਣਾ ਹਿੱਸਾ ਪਾਉਣਾ। ਉਧਰ ਨੌਕਰੀਆਂ ਹਾਸਲ ਕਰਨ ਵਾਲੇ ਵੀ ਖੁਸ਼ ਨਜ਼ਰ ਆਏ, ਜਿਨ੍ਹਾਂ ਕੈਪਟਨ ਸਰਕਾਰ ਦੀ ਵਾਹ ਵਾਹ ਕੀਤੀ।
ਬਿਲਕੁਲ ਬਹੁਤ ਵਧੀਆ ਕੀਤਾ ਸੀ। ਅਸੀਂ ਕਾਫੀ ਚਿਰ ਤੋਂ ਮਤਲਬ ਵੇਟ ਕਰ ਰਹੇ ਸੀ ਜੋਬ ਦੇ ਰਿਗਾਰਡਿੰਗ, ਅਤੇ ਮਤਲਬ ਜੋ ਕਿ ਡਿਲੇਅ ਹੋਈ ਜਾਂਦਾ ਸੀ ਪਿਛਲੀ ਸਰਕਾਰ ਵਿੱਚੋਂ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਪਰ ਕਾਂਗਰਸ ਸਰਕਾਰ ਦੇ ਆਉਣ ਕਰਕੇ ਬਹੁਤ ਜਲਦੀ ਕੰਮ ਕਾਰਵਾਈ ਹੋਈ ਗਈ ਹੈ, ਜਿਸ ਕਰਕੇ ਸਰ ਬੱਚਿਆਂ ਨੂੰ ਜਿਨ੍ਹਾਂ ਨੂੰ ਨਹੀਂ ਮਿਲ ਰਹੀ ਸੀ ਨੌਕਰੀ ਉਹਨਾਂ ਨੂੰ ਮਿਲ ਗਈ ਹੈ, ਅਤੇ ਬਹੁਤ ਵਧੀਆ ਨੌਕਰੀ ਮਿਲੀ ਸਭ ਨੂੰ। ਹਾਂਜੀ, ਬਹੁਤ ਵਧੀਆ ਕਿ ਮਤਲਬ ਜੋ ਵੀ ਬੱਚੇ ਪੜ੍ਹੇ ਲਿਖੇ ਹੈਗੇ ਸੀ, ਜੋਬ ਨਹੀਂ ਮਿਲ ਰਹੇ ਸੀ, ਚਾਂਸਸ ਨਹੀਂ ਮਿਲ ਰਹੇ, ਜ਼ਿਆਦਾਤਰ ਅਬਰੋਡ ਵੱਲ ਇਹੀ ਉਹਨਾਂ ਦੀ ਥਿੰਕਿੰਗ ਕਿ ਅਬਰੋਡ 'ਚ ਜਾਈਏ, ਅਤੇ ਬੜੇ ਕਿ ਬਹੁਤ ਵਧੀਆ ਕਿ ਜੇ ਆਪਾਂ ਨੂੰ ਪੰਜਾਬ ਵਿੱਚ ਹੀ ਜੋਬ ਮਿਲਦੀ ਪਈ ਹੈ ਅਤੇ ਬਾਹਰ ਦਾ ਅਸੀਂ ਨਹੀਂ ਸੋਚੀਏ, ਅਤੇ ਥੈਂਕ ਯੂ, ਬਹੁਤ ਵਧੀਆ। ਮੈਂ ਕਾਂਗਰਸ ਸਰਕਾਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਨੌਕਰੀ ਬਖਸ਼ੀ। ਬੇਸ਼ੱਕ ਮੁੱਖ ਮੰਤਰੀ ਨੇ ਆਪਣੇ ਜਨਮ ਦਿਨ ਵਾਲੇ ਦਿਨ ਨੌਜਵਾਨਾਂ ਨੂੰ ਰੁਜ਼ਗਾਰ ਦਾ ਤੋਹਫ਼ਾ ਦਿੱਤਾ, ਪਰ ਇਸ ਕੰਮ 'ਚ ਇੰਨੀ ਦੇਰ ਕਿਉਂ? ਇਸ ਬਾਰੇ ਵੀ ਕੈਪਟਨ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਕੈਪਟਨ ਨੇ ਨਿਯੁਕਤੀ ਪੱਤਰ ਤਾਂ ਵੰਡੇ, ਪਰ ਚਰਚਾ ਇਹ ਰਹੀ ਕਿ ਇਹ ਰੁਜ਼ਗਾਰ ਨਹੀਂ ਬਲਕਿ ਪ੍ਰਚਾਰ ਮੇਲਾ ਸੀ, ਕਿਉਂਕਿ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਉਹ ਪਹਿਲਾਂ ਹੀ ਨੌਕਰੀਆਂ ਤੇ ਲੱਗੇ ਹੋਏ ਸਨ। ਚਰਚਾ ਤਾਂ ਹਰ ਪਾਸੇ ਹੈ, ਪਰ ਸਿਮਰਜੀਤ ਸਿੰਘ ਬੈਂਸ ਕੁਝ ਇਸ ਤਰ੍ਹਾਂ ਦੇ ਖੁਲਾਸੇ ਕਰਦੇ ਨਜ਼ਰ ਆਏ। ਕੈਪਟਨ ਅਮਰਿੰਦਰ ਸਿੰਘ ਅਸਲ ਦੇ ਵਿੱਚ ਗੱਪਾਂ ਮਾਰਨ ਦੀ ਆਦਤ ਪੈ ਗਈ। ਰੋਜ਼ਗਾਰ ਮੇਲੇ 'ਚ ਨੌਕਰੀਆਂ ਲੈ ਕੇ ਲੋਕ ਵਾਪਸ ਘਰਾਂ ਤੱਕ ਹੀ ਨਹੀਂ ਪਰਤੇ ਸਨ ਕਿ ਵਿਰੋਧੀਆਂ ਨੇ ਇਸ ਮਾਮਲੇ ਤੇ ਵੀ ਪੰਜਾਬ ਸਰਕਾਰ ਨੂੰ ਘੇਰ ਲਿਆ। ਲੁਧਿਆਣਾ 'ਚ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਹਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਖੋਖਲਾ ਅਤੇ ਕੈਪਟਨ ਦੇ ਰੋਜ਼ਗਾਰ ਮੇਲੇ ਨੂੰ ਡਰਾਮਾ ਕਰਾਰ ਦਿੱਤਾ। ਬੈਂਸ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਨੇ ਨਿਯੁਕਤੀ ਪੱਤਰ ਵੰਡੇ ਨੇ ਉਹ ਪਹਿਲਾਂ ਤੋਂ ਹੀ ਕੋਆਪਰੇਟਿਵ ਮਹਿਕਮੇ 'ਚ ਕੱਚੇ ਤੌਰ ਤੇ ਕੰਮ ਕਰ ਰਹੇ ਨੇ। ਬੈਂਸ ਨੇ ਆਪਣੇ ਪੱਖ 'ਚ ਦਲੀਲ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੰਮ ਕਰਨ ਦੀ ਬਜਾਏ ਲੋਕਾਂ ਨੂੰ ਗੁੰਮਰਾਹ ਕਰਨ ਤੇ ਜ਼ੋਰ ਦੇ ਰਹੇ ਨੇ। ਅੱਜ ਕੈਪਟਨ ਅਮਰਿੰਦਰ ਸਿੰਘ ਜੀ ਇੱਕ ਬਹੁਤ ਵੱਡਾ ਲੁਧਿਆਣੇ ਦੇ ਅੰਦਰ ਡਰਾਮਾ ਕਰਕੇ ਗਏ ਆ। ਡਰਾਮੇ ਦਾ ਨਾਮ ਹੈਗਾ ਬੇਰੁਜ਼ਗਾਰ ਨੌਜਵਾਨਾਂ ਨੂੰ, ਬੇਰੁਜ਼ਗਾਰ ਯੂਥ ਨੂੰ ਨੌਕਰੀਆਂ ਤੇ ਲਾਉਣਾ। ਟੋਟਲ ਡਰਾਮੇਬਾਜ਼ੀ, ਝੂਠਾ, ਕੋਰਾ ਝੂਠ ਕਵਾਂਗਾ। ਮੈਂ ਇੱਕ ਲਿਸਟ ਜਾਰੀ ਕੀਤੀ ਹੈ ਜਿਹਦੇ ਵਿੱਚ ਕੋਆਪਰੇਟਿਵ ਸੈਕਟਰੀ ਵੱਲੋਂ ਸਾਰੇ ਕੋਆਪਰੇਟਿਵ ਮਹਿਕਮਿਆਂ ਨੂੰ, ਮੇਰਾ ਖਿਆਲ 8-9 ਦੇ ਕਰੀਬ ਕੋਆਪਰੇਟਿਵ ਮਹਿਕਮੇ ਹੈਗੇ ਆ, ਚਿੱਠੀ ਲਿਖੀ ਗਈ ਕਿ ਜਿੰਨੇ ਤੁਹਾਡੇ ਮਹਿਕਮੇ ਦੇ ਅੰਦਰ ਕੱਚੇ ਮੁਲਾਜ਼ਮ ਹੈਗੇ ਆ, ਜਾਂ ਕੰਟਰੈਕਟ ਤੇ ਹੈਗੇ ਆ, ਜਾਂ ਉਹ ਡੀਸੀ ਰੇਟ ਵਾਲੇ ਹੈਗੇ ਆ, ਜਾਂ ਉਹ ਟਰਨਕੀ ਬੇਸਿਸ ਤੇ ਹੈਗੇ ਆ, ਉਹ ਸਾਰੇ ਲੈ ਕੇ ਆਓ। ਤੇ ਅੱਜ ਕਿਹੜੇ ਲੋਕ ਆਏ ਜਿਹੜੇ ਪਿਛਲੇ 5-5, 4-4 ਸਾਲ ਤੋਂ ਕੋਆਪਰੇਟਿਵ ਦੇ ਇਹਨਾਂ ਅਦਾਰਿਆਂ ਦੇ ਵਿੱਚ ਆਲਰੇਡੀ ਨੌਕਰੀ ਕਰ ਰਹੇ ਆ। 95% ਦਾ ਅੰਕੜਾ ਪੂਰਾ ਕਰਨ ਵਾਸਤੇ ਬਹੁਤ ਵੱਡਾ ਝੂਠ ਬੋਲਿਆ ਗਿਆ, ਜਿਹਦਾ ਮੈਂ ਅੱਜ ਪਰਦਾ ਫਾਸ਼ ਕੀਤਾ ਤੁਹਾਡੇ ਸਾਹਮਣੇ। ਆ ਲਿਸਟਾਂ ਮੇਰੀਆਂ ਨਹੀਂ ਹੈਗੀਆਂ, ਇਹ ਸਰਕਾਰ ਦੀਆਂ ਲਿਸਟਾਂ ਨੇ, ਮੈਂ ਤੁਹਾਡੇ ਸਾਹਮਣੇ ਨਸ਼ਰ ਕੀਤੀਆਂ ਵੀ ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੁੱਟਾ ਤੋਂ ਪਹਿਲਾਂ ਹਰ ਘਰ ਦੇ ਵਿੱਚ ਇੱਕ ਪੁੱਤ ਨੂੰ ਨੌਕਰੀ ਦੇਣ ਦਾ, ਜਿੱਥੇ ਪੁੱਤ ਨਹੀਂ ਤੇ ਉੱਥੇ ਧੀ ਨੂੰ ਨੌਕਰੀ ਦੇਣ ਦਾ ਵਾਅਦਾ ਕਰਕੇ 77 MLA ਬਣਾ ਗਏ ਸੀ। ਸਿਮਰਜੀਤ ਸਿੰਘ ਬੈਂਸ ਇੱਥੇ ਨਹੀਂ ਰੁਕੇ, ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗੱਪਾਂ ਮਾਰਨ ਦੀ ਆਦਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸਾਬਕਾ ਸਰਕਾਰ ਵੇਲੇ ਬਾਦਲਾਂ ਦੀ ਅਗਵਾਈ ਹੇਠ ਚੱਲ ਰਿਹਾ ਮਾਫੀਆ ਹੁਣ ਕੈਪਟਨ ਸਰਕਾਰ ਦੀ ਅਗਵਾਈ ਹੇਠ ਕੰਮ ਕਰ ਰਿਹਾ, ਤੇ ਸੋਸ਼ਲ ਮੀਡੀਆ ਤੇ ਲੋਕ ਕੈਪਟਨ ਕਰਪਸ਼ਨ ਦਾ ਜ਼ਿਕਰ ਕਰਨ ਲੱਗੇ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਅਸਲ ਦੇ ਵਿੱਚ ਗੱਪਾਂ ਮਾਰਨ ਦੀ ਆਦਤ ਪੈ ਗਈ, ਜਿਵੇਂ ਸੁਖਬੀਰ ਬਾਦਲ ਨੂੰ ਲੋਕ ਗੱਪੀ ਕਹਿਣ ਲੱਗ ਗਏ ਸੀ, ਤੇ ਕੈਪਟਨ ਅਮਰਿੰਦਰ ਸਿੰਘ ਕੈਪਟਨ ਨਹੀਂ। ਅੱਜ ਸੋਸ਼ਲ ਮੀਡੀਆ ਤੇ ਪੜ੍ਹ ਕੇ ਦੇਖੋ, ਕੈਪਟਨ ਕਰਪਸ਼ਨ, ਲੋਕ ਇਹ ਸਲੋਗਨ ਦੇ ਰਿਹਾ। ਇੱਕ ਸਾਲ ਦੇ ਅਰਸੇ ਦੇ ਵਿੱਚ ਜਿੰਨਾ ਮਾਫੀਆ ਪੰਜਾਬ ਦੇ ਵਿੱਚ ਬਾਦਲਾਂ ਦਾ ਸੀ, ਉਹ ਸਾਰਾ ਮਾਫੀਆ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਹੇਠ ਕੰਮ ਕਰ ਰਿਹਾ, ਚਾਹੇ ਉਹ ਰੇਤ ਮਾਫੀਆ, ਚਾਹੇ ਉਹ ਕੇਬਲ ਮਾਫੀਆ, ਚਾਹੇ ਉਹ ਨਸ਼ਾ ਮਾਫੀਆ, ਤੇ ਚਾਹੇ ਉਹ ਜਿਹੜਾ ਨੌਕਰੀਆਂ ਮੰਨਣ ਵਾਲਾ ਕੰਮ ਹੈਗਾ।
ਟੋਟਲੀ ਝੂਠ ਦੇ ਸਿਰ ਦੇ ਉੱਤੇ ਇੱਕ ਸਾਲ ਪੂਰਾ ਕੀਤਾ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਮੌਕੇ ਪੰਜਾਬ ਸਰਕਾਰ ਦੇ ਇੱਕ ਸਾਲ ਦੀ ਕਾਰਗੁਜ਼ਾਰੀ ਸੰਬੰਧੀ ਇੱਕ ਚਾਰਜਸ਼ੀਟ ਲੈ ਕੇ ਆਉਣਗੇ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਆ ਰਿਹਾ, ਅਸੀਂ ਚਾਰਜਸ਼ੀਟ ਤਿਆਰ ਕਰ ਰਹੇ ਹਾਂ, ਇਕੱਲੀ ਨੌਕਰੀਆਂ ਦੇ ਉੱਤੇ ਨਹੀਂ, ਅਸੀਂ ਇੱਕ ਚਾਰਜਸ਼ੀਟ ਤਿਆਰ ਕਰ ਰਹੇ ਹਾਂ ਵੀ ਇੱਕ ਸਾਲ ਦੇ ਅਰਸੇ ਦੇ ਵਿੱਚ ਕੈਪਟਨ ਸਰਕਾਰ ਨੇ ਮਾਫੀਆ ਦੇ ਉੱਤੇ ਕੰਟਰੋਲ ਕਰਕੇ ਪੰਜਾਬ ਨੂੰ ਲੁੱਟਿਆ ਕਿਹੜੇ ਤਰੀਕੇ, ਅਤੇ ਇੱਕ ਸਾਲ ਦੇ ਅਰਸੇ ਦੇ ਵਿੱਚ ਪੰਜਾਬ ਨੂੰ ਦਿੱਤਾ ਕੀ ਹੈ, ਕਿਹੜੀ ਡਿਵੈਲਪਮੈਂਟ ਪੰਜਾਬ ਦੀ ਹੋਈ ਹੈ। ਅਸੀਂ ਇਹ ਚਾਰਜਸ਼ੀਟ ਤਿਆਰ ਕਰ ਰਹੇ ਹਾਂ, ਇਹ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਅਸੀਂ ਆਪੋਜੀਸ਼ਨ ਬੈਂਚਾਂ ਤੋਂ ਚਾਰਜਸ਼ੀਟ ਲੈ ਕੇ ਆਵਾਂ। ਬੈਂਸ ਨੇ ਆਪਣੇ ਅੰਦਾਜ਼ 'ਚ ਕੈਪਟਨ ਸਰਕਾਰ ਤੇ ਤੰਜ਼ ਕੱਸੇ ਨੇ, ਪਰ ਇਹਨਾਂ ਬਿਆਨਾਂ ਦੀ ਸੱਚਾਈ ਕੀ ਹੈ ਇਹ ਤਾਂ ਪੰਜਾਬ ਸਰਕਾਰ ਵੱਲੋਂ ਦਿੱਤਾ ਮੋੜਵਾਂ ਜਵਾਬ ਹੀ ਤੈਅ ਕਰੇਗਾ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਜਲਿਆਂਵਾਲੇ ਬਾਗ ਦੇ ਸਾਕੇ ਨੂੰ ਅਗਲੇ ਵਰ੍ਹੇ ਇੱਕ ਸਦੀ ਬੀਤਣ ਜਾ ਰਹੀ ਹੈ ਅਤੇ ਲੋਕਾਂ ਦੇ ਦਿਲਾਂ ਵਿੱਚ ਉਸ ਖੂਨੀ ਸਾਕੇ ਦੇ ਜ਼ਖਮ ਅਜੇ ਵੀ ਅੱਲੇ ਨੇ। ਬੇਸ਼ੱਕ ਲੰਡਨ ਜਾ ਕੇ ਖੂਨੀ ਸਾਕੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਲੈ ਲਿਆ ਸੀ, ਪਰ ਬੀਤੇ 9 ਦਹਾਕਿਆਂ ਵਿੱਚ ਸਰਕਾਰਾਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਾਇਦ ਵਿਸਾਰਿਆ ਹੋਇਆ ਸੀ, ਪਰ ਹੁਣ ਸਰਕਾਰ 9 ਦਹਾਕਿਆਂ ਬਾਅਦ ਜਲਿਆਂਵਾਲੇ ਬਾਗ ਵਿੱਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਜਾ ਰਹੀ ਹੈ। ਸਾਲ 1919, ਉਹੀ ਸਾਲ ਜਿਸ ਦਿਨ ਪੰਜਾਬ ਨੇ ਗਹਿਰਾ ਸੰਤਾਪ ਹੰਡਾਇਆ ਸੀ। ਜਲਿਆਂਵਾਲੇ ਬਾਗ ਦਾ ਸਾਕਾ ਕੌਣ ਨਹੀਂ ਜਾਣਦਾ, ਅੱਜ ਵੀ ਯਾਦ ਕਰੀਏ ਤਾਂ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ। ਹੁਣ ਉਸ ਸ਼ਖਸੀਅਤ ਨੂੰ ਸਨਮਾਨ ਮਿਲਣ ਜਾ ਰਿਹਾ ਹੈ ਜਿਸ ਨੇ ਇਸ ਸਾਕੇ ਦਾ ਬਦਲਾ ਲੰਡਨ ਜਾ ਕੇ ਲਿਆ ਸੀ। ਜੀ ਹਾਂ, ਪੰਜਾਬ ਦੇ ਦੁੱਲੇ ਖੂਨ ਦਾ ਬਦਲਾ ਲੈਣ ਵਾਲੇ ਦੇਸ਼ ਦੇ ਮਹਾਨਾਇਕ ਸ਼ਹੀਦ ਊਧਮ ਸਿੰਘ ਦਾ ਬੁੱਤ ਜਲਿਆਂਵਾਲਾ ਬਾਗ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਸੰਨ 1940 ਵਿੱਚ ਸ਼ਹੀਦ ਊਧਮ ਸਿੰਘ ਨੇ ਲੰਡਨ 'ਚ ਜਲਿਆਂਵਾਲੇ ਬਾਗ ਦੇ ਕਤਲਕਾਂਡ ਦੇ ਮੁੱਖ ਮੁਲਜ਼ਮ ਮਾਈਕਲ ਓਡਵਾਇਰ ਨੂੰ ਹਲਾਕ ਕਰ ਦਿੱਤਾ ਸੀ। ਸ਼ਹੀਦ ਦੀ ਬੁੱਤ ਸਥਾਪਤੀ ਦੇ ਸਮਾਰੋਹ 'ਚ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਿਰਕਤ ਕਰਨਗੇ। ਬੁੱਤ ਸਥਾਪਤੀ ਬਾਰੇ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਬੌਬੀ ਕੰਬੋਜ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਬੂਰ ਪਿਆ ਹੈ। ਮਾਰਚ 2018 ਨੂੰ ਬਹੁਤ ਸੁਭਾਗਾ ਦਿਨ ਹੈ, ਅਸੀਂ ਗੌਰਵ ਦਿਵਸ ਦੇ ਰੂਪ 'ਚ ਇਸ ਨੂੰ ਮਨਾ ਰਹੇ ਹਾਂ, ਕਿਉਂਕਿ 13 ਮਾਰਚ 1940 ਵਿੱਚ ਜਲਿਆਂਵਾਲੇ ਬਾਗ 1919 ਨਰਸੰਹਾਰ ਦਾ ਬਦਲਾ ਜਿਹੜਾ ਸ਼ਹੀਦ ਊਧਮ ਸਿੰਘ ਜੀ ਨੇ ਲੰਡਨ ਵਿੱਚ ਜਾ ਕੇ ਕੈਕਸਟਨ ਹਾਲ ਦੇ ਵਿੱਚ ਸਰ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਉਹ ਬਦਲਾ ਲਿਆ ਸੀ। ਇਸ ਨੂੰ ਅਸੀਂ 13 ਮਾਰਚ 2018 ਨੂੰ ਜਿਹੜਾ ਕੇਂਦਰ ਸਰਕਾਰ ਨੇ ਸਾਨੂੰ
ਸਟੈਚੂ ਲਗਾਉਣ ਦੀ ਜਲ੍ਹਿਆਂਵਾਲੇ ਬਾਗ ਵਿੱਚ ਮਨਜ਼ੂਰੀ ਦਿੱਤੀ ਹੈ। ਅਸੀਂ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ ਔਰ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ 13 ਮਾਰਚ 2018 ਨੂੰ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦ ਦਾ ਆਦਮ ਕੱਦ ਬੁੱਤ ਲੱਗਣ ਜਾ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਸੰਗਤ ਹੈ ਨਤਮਸਤਕ ਹੋਣ ਆ ਰਹੀ ਹੈ ਸ਼ਹੀਦ ਨੂੰ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉੱਥੇ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚੋ। ਕਾਬਲੇ ਗੌਰ ਹੈ ਕਿ ਹੁਣ ਤੱਕ ਉੱਤਰ ਭਾਰਤ 'ਚ ਸ਼ਹੀਦ ਊਧਮ ਸਿੰਘ ਦੇ 46 ਬੁੱਤ ਲੱਗ ਚੁੱਕੇ ਨੇ ਅਤੇ ਇਹ 47ਵਾਂ ਬੁੱਤ ਹੋਵੇਗਾ। ਅਜੋਕੀ ਪੀੜ੍ਹੀ ਤੱਕ ਇਤਿਹਾਸ ਪਹੁੰਚਦਾ ਕਰਨ ਦੀ ਕੋਸ਼ਿਸ਼ ਦੀ ਸ਼ਲਾਘਾ ਕਰਨੀ ਤਾਂ ਜ਼ਰੂਰ ਬਣਦੀ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਸ਼ਿਵ ਸ਼ੰਕਰ ਦੀ ਭੈਣ ਬਾਰੇ ਨਾ ਤਾਂ ਕਿਸੇ ਧਾਰਮਿਕ ਕਿਤਾਬ 'ਚ ਜ਼ਿਕਰ ਮਿਲਦਾ ਅਤੇ ਨਾ ਹੀ ਕਿਸੇ ਨੇ ਅੱਜ ਤੱਕ ਸੁਣਿਆ, ਪਰ ਬਠਿੰਡਾ 'ਚ ਖੁਦ ਨੂੰ ਸ਼ਿਵ ਸ਼ੰਕਰ ਦੀ ਭੈਣ ਦੱਸਣ ਵਾਲੀ ਇੱਕ ਮਹਿਲਾ ਸਾਹਮਣੇ ਆਈ ਹੈ ਜੋ ਆਸਥਾ ਦੇ ਨਾਂ 'ਤੇ ਇੱਕ ਪਰਿਵਾਰ ਨੂੰ ਲੱਖਾਂ ਰੁਪਏ ਦਾ ਝੋਨਾ ਲਾ ਚੁੱਕੀ ਹੈ। ਹੱਥ ਵਿੱਚ ਫੋਨ ਫੜ ਕੇ ਕੁਰਸੀ 'ਤੇ ਬੈਠੀ ਇਸ ਮਹਿਲਾ ਦਾ ਦਾਅਵਾ ਹੈ ਕਿ ਉਹ ਭਗਵਾਨ ਭੋਲੇਨਾਥ ਦੀ ਭੈਣ ਹੈ ਅਤੇ ਉਸ ਨੂੰ ਖੁਦ ਭਗਵਾਨ ਸ਼ਿਵ ਸ਼ੰਕਰ ਦਰਸ਼ਨ ਦੇ ਚੁੱਕੇ ਨੇ। ਹਰ ਦੁੱਖ ਦਾ ਨਿਵਾਰਨ ਕਰਨ ਵਾਲੀ ਇਹ ਫਰੇਬੀ ਔਰਤ ਹੁਣ ਆਪ ਦੁੱਖਾਂ ਵਿੱਚ ਫਸ ਗਈ ਹੈ। ਬਠਿੰਡਾ ਦੇ ਇੱਕ ਨਿੱਜੀ ਹਸਪਤਾਲ 'ਚ ਨਰਸ ਦਾ ਕੰਮ ਕਰਨ ਵਾਲੀ ਪ੍ਰੀਆ ਕੌਰ ਗਿੱਲ ਨਾਮ ਦੀ ਇਹ ਔਰਤ ਹੁਣ ਪੁਲਿਸ ਕੋਲੋਂ ਪਿੱਛਾ ਛੁਡਵਾਉਣ ਲਈ ਆਪਣੇ ਆਪ ਨੂੰ ਇੱਕ ਆਮ ਔਰਤ ਦੱਸ ਰਹੀ ਹੈ। ਦਰਅਸਲ ਮੋੜ ਮੰਡੀ ਦੀ ਰਹਿਣ ਵਾਲੀ ਇੱਕ ਰੋਜ਼ੀ ਅਰੋੜਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਪ੍ਰਿਆ ਗਿੱਲ ਨੇ ਖੁਦ ਨੂੰ ਸ਼ਿਵ ਸ਼ੰਕਰ ਦੀ ਭੈਣ ਦੱਸ ਕੇ ਪਹਿਲਾਂ ਉਸਦੇ ਪਤੀ ਵਿੱਕੀ ਅਰੋੜਾ ਨੂੰ ਆਪਣੇ ਜਾਲ 'ਚ ਫਸਾ ਲਿਆ ਅਤੇ ਉਸ ਕੋਲੋਂ ਲੱਖਾਂ ਰੁਪਏ ਹੜੱਪ ਲਏ। ਇੰਨੇ ਨਹੀਂ, ਮੁਲਜ਼ਮ ਔਰਤ ਵਿੱਕੀ ਅਰੋੜਾ ਅਤੇ ਆਪਣੀ ਪਤਨੀ ਕੋਲੋਂ ਤਲਾਕ ਲੈਣ ਅਤੇ ਆਪਣੇ ਹੀ ਬੱਚੇ ਨੂੰ ਮਾਰਨ ਲਈ ਵੀ ਲਗਾਤਾਰ ਦਬਾਅ ਬਣਾ ਰਹੀ ਸੀ, ਜਿਸ ਦੇ ਕਾਰਨ ਉਸਦੇ ਜਾਲ ਵਿੱਚ ਫਸਿਆ ਭੋਲਾ ਪਾਲਾ ਵਿੱਕੀ ਅਰੋੜਾ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਗਿਆ। ਕੀ ਹੈ, ਪ੍ਰਿਆ ਕੌਰ ਗਿੱਲ ਜੋ ਗਰੂੜ ਹਸਪਤਾਲ 'ਚ ਲੱਗੀ ਹੋਈ ਸੀਗੀ, ਉਸਨੇ ਮੇਰੇ ਸੀ ਆਪਣੇ ਹਸਬੈਂਡ ਦਾ ਆਪਰੇਸ਼ਨ ਕਰਵਾਇਆ ਸੀ ਉੱਥੇ। ਆਪਰੇਸ਼ਨ ਕਰਵਾਉਣ ਕੇ ਇਸ ਲੜਕੀ ਨੇ ਇਹਨਾਂ ਦਾ ਨੰਬਰ ਵਗੈਰਾ ਹੈਕ ਕਰ ਲਿਆ। ਇਹਨਾਂ ਨੂੰ ਇਹਨਾਂ ਦੀ ਕਮਜ਼ੋਰੀ ਸਮਝ ਗਈ ਕਿ ਵੀ ਇਹ ਭੋਲੇਨਾਥ ਨੂੰ ਮੰਨਦੇ ਹੈਗੇ। ਇਹਨਾਂ ਦੀ ਕਮਜ਼ੋਰੀ ਨੂੰ ਸਮਝ ਕੇ ਇਹਨਾਂ ਨੂੰ ਮੈਸੇਜ ਕਰਨੇ ਸ਼ੁਰੂ ਕਰਤੇ। ਇਹਨਾਂ ਨੂੰ ਮੈਸੇਜ ਕਰਕੇ ਇਹਨਾਂ ਨੂੰ ਆਪਣੇ ਹੱਕ 'ਚ ਲੈਣ ਲੱਗ ਗਈ ਕਿ ਵੀ ਮੈਂ ਭੋਲੇਨਾਥ ਦੀ ਭੈਣ ਹਾਂ, ਸੰਭਰੀ ਦੇਵੀ ਮੈਂ ਭੈਣ ਹਾਂ ਭੋਲੇਨਾਥ ਦੀ। ਅੱਛਾ, ਇਹ ਸੋਨੂੰ ਵੀ ਖੁਦ ਮੈਸੇਜ ਕਰਦੀ ਸੀ? ਨਹੀਂ, ਮੈਨੂੰ ਨਹੀਂ ਕਰਦੀ ਸੀ ਜੀ। ਜਦੋਂ ਮੈਨੂੰ ਮੇਰੇ ਘਰ ਵਾਲੇ ਨੇ ਦੱਸਿਆ ਕਿ ਵੀ ਮੇਰੇ ਕੋਲ ਭੋਲੇਨਾਥ ਦੀ ਭੈਣ ਹੈ, ਉਹ ਪ੍ਰਿਆ, ਜਦੋਂ ਇਹ ਦੇਸ਼ ਹਸਪਤਾਲ 'ਚ ਆਈ, ਮੈਨੂੰ ਇਹਨਾਂ ਨੇ ਦੱਸਿਆ, ਮੈਂ ਇਸ ਚੀਜ਼ ਨੂੰ ਮੰਨੀ ਨਹੀਂ ਹੈਗੀ। ਮੈਂ 15-20 ਦਿਨ ਇਹਨਾਂ ਨਾਲ ਮਿਕਸ ਹੋ ਕੇ ਦੇਖਦੀ ਸੀ ਕੀ ਕਰਦੇ ਨੇ ਦੋਨੋਂ ਜਣੇ। ਹਾਂਜੀ ਹਾਂ, ਫਿਰ ਮੇਰੇ ਕੋਲ ਵੀ ਇਹਨੇ ਡਰਾਮਾ ਕੀਤਾ, ਕਹਿੰਦੀ ਮੈਂ ਭੋਲੇਨਾਥ ਦੀ ਭੈਣ ਹਾਂ, ਸੰਭਰੀ ਦੇਵੀ, ਜੇ ਮੈਂ ਚਲੀ ਗਈ ਤਾਂ ਤੇਰੀ ਦੁਨੀਆ ਤਬਾਹ ਹੋ ਜੂਗੀ, ਤੇਰਾ ਛੋਟਾ ਬੱਚਾ ਜਿਹੜਾ ਭੋਲੇਨਾਥ ਨੇ ਭੇਜਿਆ ਉਹਨੂੰ ਮੈਂ ਖਤਮ ਕਰ ਦੂੰਗੀ, ਤੇਰੇ ਹਸਬੈਂਡ ਨੂੰ ਮਾਰ ਦੂੰਗੀ, ਤੂੰ ਵਿਧਵਾ ਹੋ ਜਾਏਗੀ। ਇਹ ਪੈਸਾ ਹੀ ਹੜਪਦੀ ਸੀਗੀ ਜੀ ਜ਼ਿਆਦਾ ਜੀ ਮੇਰੇ ਘਰ ਤੋਂ। ਹਰ ਰੋਜ਼ ਇਹਨਾਂ ਨੂੰ 6 ਵਜੇ ਬੁਲਾ ਲੈਂਦੀ, ਕਦੇ ਇਹਨਾਂ ਨਾਲ ਸ਼ੋਪਿੰਗ ਕਰਨ ਜਾਂਦੀ, ਕਦੇ ਕੁਛ ਕਰਨ ਜਾਂਦੀ। ਜਾਲਸਾਜ਼ੀ ਦਾ ਸ਼ਿਕਾਰ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਵਿੱਕੀ ਅਰੋੜਾ ਸ਼ਿਵ ਸ਼ੰਕਰ ਦਾ ਭਗਤ ਸੀ
ਜਿਸ ਦਾ ਫਾਇਦਾ ਚੁੱਕਦਿਆਂ ਮੁਲਜ਼ਮ ਔਰਤ ਨੇ ਉਸ ਨੂੰ ਆਪਣੇ ਪਿੱਛੇ ਲਾ ਲਿਆ ਅਤੇ ਉਸ ਨੂੰ ਕਹਿਣ ਲੱਗੀ ਕਿ ਉਹ ਭਗਵਾਨ ਭੋਲੇਨਾਥ ਦੀ ਭੈਣ ਹੈ। ਇਹ ਸਾਨੂੰ ਅੱਜ ਤੋਂ ਇਹਨਾਂ ਨੇ ਡੇਢ ਕੁ ਸਾਲ ਪਹਿਲਾਂ ਹੀ ਇਹ ਬਨੂੜ ਸ਼ਹਿਰ ਵਿੱਚ ਆਪਰੇਸ਼ਨ ਕਰਾਉਣ ਗਏ ਸੀਗੇ ਜੀ। ਕੋਈ ਛੋਟੀ ਜਿਹੀ ਰਸੌਲੀ ਸੀ ਇਹਨਾਂ ਦੇ, ਮਤਲਬ ਕਿ ਗੰਢੇ ਜੀ ਸੀ ਕੋਈ, ਸਾਨੂੰ ਨਹੀਂ ਪਤਾ ਕੀ ਚੀਜ਼ ਸੀ ਉਹ। ਸਾਨੂੰ ਬਗੈਰ ਦੱਸੇ ਇਹ ਬਨੂੜ ਚਲਾ ਗਿਆ ਅਤੇ ਸਾਨੂੰ ਉੱਥੋਂ ਫੋਨ ਆਉਂਦਾ ਹਸਪਤਾਲ 'ਚੋਂ ਵੀ, ਤੁਹਾਡਾ ਸਾਡੀ ਮੇਰੀ ਸਿਸਟਰ ਦਾ ਭਾਈ ਡਿੱਕੀ ਦਾ, ਸਾਡੇ ਪਰਾਉਣੇ ਜਾਮ ਡਿੱਕੀ ਰੋੜਾ ਹੈਗਾ, ਉਹਨਾਂ ਦਾ ਫੋਨ ਆਇਆ ਹੈਗਾ ਅਤੇ ਹਸਪਤਾਲ 'ਚ ਨੇ ਉਹ। ਅਸੀਂ ਮੈਂ ਸਵੇਰੇ ਸਵੇਰੇ ਬੱਸ ਫੜ ਕੇ ਬਨੂੜ ਪਹੁੰਚਿਆ। ਹਾਂ, ਇਹ ਕੁੜੀ ਬਨੂੜ ਲੱਗੀ, ਐਚ ਓ ਡੀ ਕੋਆਰਡੀਨੇਟਰ ਉੱਥੇ ਸੀਗੀ ਜੀ ਇਹ, ਫਿਰ ਆਦੇਸ਼ ਆ ਗਈ ਅਤੇ ਉੱਥੇ ਬਨੂੜ ਹਸਪਤਾਲ ਬੰਦ ਹੋਣ ਕਰਕੇ ਫਿਰ ਆਦੇਸ਼ ਹਸਪਤਾਲ 'ਚ ਆ ਗਈ। ਇਹਨੂੰ ਪਤਾ ਲੱਗ ਗਿਆ ਵੀ ਇਹਦੇ ਬੰਦੇ ਕੋਲ ਪੈਸੇ ਹੈਗੇ ਬਾਬਾ ਤੰਗ। ਹਾਂ, ਇਹਨੂੰ ਪਤਾ ਲੱਗ ਗਿਆ ਅਤੇ ਬੰਦੇ ਚੰਗੇ ਪੈਟਰੋਲ ਪੰਪ ਹੈ, ਚੰਗਾ ਜ਼ਮੀਨ ਜਾਇਦਾਦ ਵਾਲਾ ਬੰਦਾ ਇਹ ਅਤੇ ਸਾਨੂੰ ਲੱਗਦਾ ਉਹਨੇ 95 ਲੱਖ ਦਾ ਪੰਪ ਵੇਚਿਆ ਸੀਗਾ ਜੀ ਅੱਜ ਤੋਂ 5-6 ਮਹੀਨੇ ਪਹਿਲਾਂ। ਹਾਂ, 95 ਲੱਖ ਦਾ ਪੰਪ ਵੇਚਿਆ ਸੀ ਉਹਨੇ ਜੀ ਅਤੇ ਉਹਨੇ ਪੈਸੇ ਸਾਨੂੰ ਲੱਗਿਆ ਉਹਨੇ, ਉਹ ਕੁੜੀ ਨੇ ਖਾਧੇ ਪੈਸੇ ਸਾਰੇ ਜੀ। ਘਰੇ ਤਾਂ 1 ਰੁਪਈਆ 5 ਨਹੀਂ ਆਈ ਜੀ, ਘਰੇ ਇੱਕ ਬੱਲਬ ਤੱਕ ਲਾਉਂਦਾ ਨਹੀਂ ਸੀ ਉਹ। ਉਧਰ ਪੁਲਿਸ ਨੇ ਭਗਵਾਨ ਭੋਲੇਨਾਥ ਦੀ ਭੈਣ ਬਣੀ ਇਸ ਔਰਤ 'ਤੇ ਕਾਰਵਾਈ ਕਰਦਿਆਂ ਇਸ ਨੂੰ ਗ੍ਰਿਫਤਾਰ ਕਰ ਲਿਆ। ਰੋਜ਼ੀ ਅਰੋੜਾ ਵੱਲੋਂ ਦੋਸ਼ ਹੈ ਕਿ ਜੋ ਪ੍ਰਿਆ ਕੌਰ ਹੈ ਇਹ ਉਸਦੇ ਪਤੀ ਨੂੰ ਧਾਰਮਿਕ ਭਾਵਨਾਵਾਂ ਨੂੰ ਮਤਲਬ ਬੁਲਾਵੇ ਵਿੱਚ ਲੈ ਕੇ ਨਾ ਤਾਂ ਉਹਦਾ ਮਾਇੰਡ ਵਾਸ਼ ਕਰਕੇ ਮਤਲਬ ਬੈਕ 'ਤੇ ਰਹਿ ਕੇ ਉਹ ਇਹ ਮਤਲਬ ਉਹਦੇ ਪਤੀ ਨੂੰ ਆਪਣੇ ਫੈਮਿਲੀ ਤੋਂ ਅਲੱਗ ਕਰਕੇ ਆਪਣੇ ਨਾਲ ਉਹ ਆਪਣੇ ਪਤੀ ਨੂੰ ਮਤਲਬ ਕਿ ਜਿਹੜੇ ਡਿੱਕੀ ਹੈ ਉਹਨੂੰ ਰੋਜ਼ੀ ਅਰੋੜਾ ਦੇ ਪਤੀ ਦੇ ਨਾਲ ਇਹ ਘਰ ਵਸਾਉਣਾ ਚਾਹੁੰਦੀ ਹੈ ਅਤੇ ਪਰ ਇਹ ਸਾਹਮਣੇ ਉਹਦੇ ਨਿਆਂ ਦੀ ਅਤੇ ਬਾਕੀ ਅਸੀਂ ਪੜਤਾਲ ਕਰ ਰਹੇ ਹਾਂ। ਉਹਦੇ ਵਿੱਚ ਰੋਜ਼ੀ ਦੇ ਪਤੀ ਵਿਕਾਸ ਅਰੋੜਾ ਅਤੇ ਇਹ ਲੜਕੀ ਐਡ ਨੇ, ਕਦੇ ਕਦੇ ਰੋਜ਼ੀ ਨੂੰ ਵੀ ਐਡ ਕਰਦੇ ਆ ਵਿੱਚ। ਉਹ ਮੈਸ ਜਿਹੜੇ ਗਰੁੱਪ ਨੇ ਉਹ ਭੋਲੇ ਸ਼ੰਕਰ ਦੇ ਨਾਮ 'ਤੇ ਬਣੇ ਹੋਏ ਆ ਤਾਂ ਉਹਨਾਂ ਦੇ ਵਿੱਚ ਉਹ ਮਤਲਬ ਡਿੱਕੀ ਨੂੰ ਇਹ ਚੀਜ਼ ਸ਼ੋਅ ਕਰਦੀ ਵੀ ਭੋਲੇ ਸ਼ੰਕਰ ਮੈਸੇਜ ਕਰ ਰਿਹਾ ਤਾਂ ਉਹ ਪਰਮਾਤਮਾ ਦੇ ਨਾਮ ਨੂੰ ਲੈ ਕੇ ਇੱਦਾਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ, ਬਾਕੀ ਇਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਹਾਲੇ। ਅੱਜ ਦੇ ਇਸ ਦੌਰ ਵਿੱਚ ਇਨਸਾਨ ਭਾਵੇਂ ਕਿੰਨਾ ਹੀ ਆਧੁਨਿਕ ਜਾਂ ਪੜ੍ਹਿਆ ਲਿਖਿਆ ਕਿਉਂ ਨਾ ਬਣ ਜਾਵੇ, ਪਰ ਆਸਥਾ ਦੇ ਨਾਂ 'ਤੇ ਹੋਣ ਵਾਲੀਆਂ ਠੱਗੀਆਂ ਤੋਂ ਉਹ ਖੁਦ ਨੂੰ ਬਚਾ ਸਕਣ ਵਿੱਚ ਅਸਮਰੱਥ ਜਾਪ ਰਿਹਾ। ਫਿਰ ਭਾਵੇਂ ਸਰਕਾਰਾਂ ਦੇ ਧੱਕੇ ਚੜ ਜਾਤੀਵਾਦ ਅਤੇ ਧਰਮ ਦੇ ਨਾਂ 'ਤੇ ਹਿੰਸਾ ਹੋਵੇ ਜਾਂ ਅਜਿਹੇ ਪਖੰਡੀ ਲੋਕਾਂ ਹੱਥ ਆਪਣੀ ਮਿਹਨਤ ਦੀ ਕਮਾਈ ਦੇਣਾ, ਅੱਜ ਦਾ ਮਾਡਰਨ ਮੈਨ ਕੋਝੀ ਮਾਨਸਿਕਤਾ ਦੇ ਕਿਨਾਰੇ 'ਤੇ ਆ ਖੜਿਆ। ਸੋ ਹੁਣ ਵੇਖਣਾ ਹੋਵੇਗਾ ਕਿ ਆਪਣੇ ਆਪ ਨੂੰ ਭਗਵਾਨ ਸ਼ੰਕਰ ਦੀ ਭੈਣ ਦੱਸਣ ਵਾਲੀ ਇਹ ਔਰਤ ਹੁਣ ਆਪਣਾ ਬਚਾਅ ਕਿਸ ਤਰ੍ਹਾਂ ਕਰਦੀ ਹੈ। ਬਠਿੰਡਾ ਤੋਂ ਦੀਪੂ ਸ਼ਰਮਾ, D5 ਚੈਨਲ ਪੰਜਾਬੀ। ਫਿਰੋਜ਼ਪੁਰ 'ਚ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ 'ਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ, ਜਿੱਥੇ ਇੱਕ ਬਹੁਤ ਹੀ ਅਨੋਖੇ ਤਰੀਕੇ ਨਾਲ ਨਸ਼ੇ ਦੀ ਸਪਲਾਈ ਕਰਨ ਵਾਲੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ। ਕੀ ਸੀ ਇਸ ਤਸਕਰ ਦਾ ਨਸ਼ਾ ਸਪਲਾਈ ਕਰਨ ਦਾ ਤਰੀਕਾ ਅਤੇ ਕਿਵੇਂ ਪਾ ਰਿਹਾ ਸੀ ਪੁਲਿਸ ਦੀਆਂ ਅੱਖਾਂ 'ਚ ਕੱਟਾ, ਤੁਸੀਂ ਖੁਦ ਹੀ ਦੇਖ ਲਓ। ਕਹਿੰਦੇ ਨੇ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ ਅਤੇ ਲੋੜ ਪੈਣ ਤੇ ਇਨਸਾਨ ਕਿਹੋ ਕਿਹੋ ਜਿਹੇ ਢੰਗ ਤਰੀਕੇ ਆਜ਼ਾਦ ਕਰਦਾ ਹੈ। ਇਸ ਦੀ ਉਦਾਹਰਣ ਦੇਖਣ ਨੂੰ ਮਿਲੀ ਹੈ ਫਿਰੋਜ਼ਪੁਰ ਵਿੱਚ, ਜਿੱਥੇ CIA ਵੱਲੋਂ ਕੀਤੀ ਗਈ ਨਾਕੇਬੰਦੀ ਦੇ ਦੌਰਾਨ ਇੱਕ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਪੁਲਿਸ ਨੂੰ ਬੇਹੱਦ ਅਨੋਖੇ ਤਰੀਕੇ ਨਾਲ ਕੀਤੀ ਜਾ ਰਹੀ ਸ਼ਰਾਬ ਤਸਕਰੀ ਦਾ ਪਤਾ ਲੱਗਿਆ। ਪੁਲਿਸ ਨੇ ਗੱਡੀ ਵਿੱਚੋਂ ਕਰੀਬ 500 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ, ਪਰ ਇਸ ਤਸਕਰ ਦਾ ਸ਼ਰਾਬ ਲਿਜਾਣ ਦਾ ਤਰੀਕਾ ਕਾਫ਼ੀ ਵੱਖਰਾ ਸੀ। ਜੀਆਂ ਇਹ ਤਸਕਰ ਗੱਡੀ ਦੀਆਂ ਟਿਊਬਾਂ 'ਚ ਸ਼ਰਾਬ ਭਰ ਕੇ ਵੱਖ ਵੱਖ ਥਾਵਾਂ 'ਤੇ ਸਪਲਾਈ ਕਰਦਾ ਸੀ ਅਤੇ ਕਾਫ਼ੀ ਲੰਬੇ ਸਮੇਂ ਤੋਂ ਪੁਲਿਸ ਦੀਆਂ ਅੱਖਾਂ ਵਿੱਚ ਮਿੱਟੀ ਪਾਉਂਦਾ ਆ ਰਿਹਾ ਸੀ। ਅਧਿਕਾਰੀਆਂ ਦੇ ਮੁਤਾਬਕ ਪੁਲਿਸ ਨੂੰ ਇਸ ਨਸ਼ਾ ਤਸਕਰ ਦੀ ਭਾਲ ਲੰਬੇ ਸਮੇਂ ਤੋਂ ਸੀ।
ਪਰ ਇਹ ਇੰਨਾ ਸ਼ਾਤਰ ਸੀ ਕਿ ਹਰ ਵਾਰ ਪੁਲਿਸ ਨੂੰ ਚਕਮਾ ਦੇਣ ਵਿੱਚ ਕਾਮਯਾਬ ਹੋ ਜਾਂਦਾ। ਆਖਿਰਕਾਰ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਇਸ ਸ਼ਾਤਰ ਮੁਲਜ਼ਮ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਣ ਵਿੱਚ ਕਾਮਯਾਬ ਹੋ ਗਈ। ਫਿਲਹਾਲ ਮੁਲਜ਼ਮ ਦੇ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮਾਨਯੋਗ SSP ਸਾਹਿਬ ਫਿਰੋਜ਼ਪੁਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ CIA ਨੂੰ ਸਫਲਤਾ ਮਿਲੀ, ਜਦੋਂ ASI ਪਿੱਪਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਨੇੜੇ LMN ਸਕੂਲ ਗਰਾਊਂਡ ਕੈਂਟ ਏਰੀਆ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਅਤੇ ਇੱਕ ਨੋਵਾ ਗੱਡੀ ਨੰਬਰੀ HR 24M 9947 ਨੂੰ ਰੋਕ ਕੇ ਚੈੱਕ ਕੀਤਾ ਗਿਆ, ਜਿਸ ਦੇ ਵਿੱਚੋਂ 500 ਬੋਤਲ ਦੇਸੀ ਸ਼ਰਾਬ ਨਜਾਇਜ਼ ਬਰਾਮਦ ਹੋਈ। ਡਰਾਈਵਰ ਨੇ ਆਪਣਾ ਨਾਮ ਹਨੂਰਾ ਪੁੱਤਰ ਬਲਕਾਰ ਬਾਲਮਿਕ ਵਾਸੀ ਮਖੂ ਦੱਸਿਆ, ਜਿਸ ਦੇ ਸੰਬੰਧ ਮੁਕੱਦਮਾ ਨੰਬਰ 38 ਅੰਡਰ ਸੈਕਸ਼ਨ 61 ਐਕਸਾਈਜ਼ ਐਕਟ PS ਕੈਂਟ ਦਾ ਰਜਿਸਟਰ ਕੀਤਾ ਗਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੁਲਿਸ ਆਏ ਦਿਨ ਵੱਡੇ ਪੱਧਰ 'ਤੇ ਨਸ਼ਾ ਤਸਕਰਾਂ ਦੀ ਫੜਨ ਫੜਾਈ ਵਿੱਚ ਲੱਗੀ ਹੋਈ ਹੈ, ਪਰ ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਪੁਲਿਸ ਵਾਲੇ ਤੀਕਰ ਇਹਨਾਂ ਮੌਤ ਦੇ ਵਪਾਰੀਆਂ 'ਤੇ ਪੂਰੀ ਤਰ੍ਹਾਂ ਲਗਾਮ ਨਹੀਂ ਲਗਾ ਸਕੀ, ਜਿਸ ਦੇ ਕਾਰਨ ਪੰਜਾਬ ਵਿੱਚ ਆਏ ਦਿਨ ਨਸ਼ਾ ਤਸਕਰੀ ਦੇ ਸੈਂਕੜੇ ਮਾਮਲੇ ਸਾਹਮਣੇ ਆ ਰਹੇ ਨੇ। ਤਲਵੰਡੀ ਭਾਈ ਤੋਂ ਪਰਮਜੀਤ ਪੰਮਾ, D5 ਚੈਨਲ ਪੰਜਾਬੀ। ਅੱਜ ਦੇ ਦੌਰ ਵਿੱਚ ਜਿਵੇਂ ਫਾਸਟ ਫੂਡ ਦਾ ਰੁਝਾਨ ਲੋਕਾਂ 'ਚ ਪਾਇਆ ਜਾ ਰਿਹਾ, ਡਾਕਟਰ ਇਹੀ ਸਲਾਹ ਦਿੰਦੇ ਨੇ ਕਿ ਸਧਾਰਨ ਰੋਟੀ ਹੀ ਤੁਹਾਡੀ ਸਿਹਤ ਨੂੰ ਠੀਕ ਰੱਖੇਗੀ, ਪਰ ਜੋ ਖ਼ਬਰ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਸ਼ਾਇਦ ਉਸ ਨਾਲ ਤੁਸੀਂ ਰੋਟੀ ਖਾਣ ਤੋਂ ਪਹਿਲਾਂ 100 ਵਾਰ ਸੋਚੋਗੇ। ਕੀ ਹੈ ਇਹ ਖ਼ਬਰ, ਤੁਸੀਂ ਆਪ ਹੀ ਵੇਖ ਲਓ। ਅਸੀਂ ਗੁੰਨਣ ਤੋਂ ਬਾਅਦ ਉਹਦਾ ਪੇੜਾ ਕਰ ਲਿਆ, ਪਾਣੀ ਵਿੱਚ ਘੋਲੀ ਗਏ ਅਤੇ ਉਹ ਵਾਈਟ ਪਾਣੀ ਹੋ ਗਿਆ, ਜਿਹੜਾ ਆਟਾ ਸੀ ਉਹ ਘੁਲ ਗਿਆ, ਬਾਕੀ ਬਾਅਦ 'ਚ ਰਬੜ ਰਹਿ ਗਈ। ਪਲਾਸਟਿਕ ਦੇ ਚੌਲਾਂ ਤੋਂ ਬਾਅਦ ਹੁਣ ਪਲਾਸਟਿਕ ਦਾ ਆਟਾ, ਮਸ਼ਹੂਰ ਨਿੱਜੀ ਕੰਪਨੀ ਦੇ ਆਟੇ 'ਚ ਮਿਲਾਵਟ, ਲੋਕ ਪਰੇਸ਼ਾਨ। ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਪਰਿਵਾਰ ਨੇ ਆਟਾ ਬਣਾਉਣ ਵਾਲੀ ਇੱਕ ਮਸ਼ਹੂਰ ਕੰਪਨੀ ਦਾ ਆਟਾ ਖਰੀਦਿਆ, ਪਰ ਜਦੋਂ ਘਰ ਆ ਕੇ ਰੋਟੀਆਂ ਬਣਾਉਣ ਲਈ ਆਟਾ ਗੁੰਨਣ ਲੱਗੇ ਤਾਂ ਉਹ ਪਲਾਸਟਿਕ ਦਾ ਨਿਕਲ ਆਇਆ। ਤਸਵੀਰਾਂ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪਾਣੀ ਹੇਠਾਂ ਕਰਨ 'ਤੇ ਵੀ ਆਟਾ ਪਾਣੀ 'ਚ ਘੁਲ ਨਹੀਂ ਰਿਹਾ। ਇਹਦੇ 'ਚੋਂ ਜਦੋਂ ਅਸੀਂ ਘੋਲਿਆ ਅਤੇ ਪਾਣੀ ਵਾਈਟ ਹੋ ਗਿਆ ਅਤੇ ਉਦੋਂ ਬਾਅਦ ਰਬੜ ਦੀ ਤਰ੍ਹਾਂ ਹੀ ਬਣ ਗਿਆ। ਪਹਿਲਾਂ ਨਹੀਂ ਪਤਾ ਸੀ, ਸਾਨੂੰ 5-6 ਸਾਲ ਹੋ ਗਏ। ਅਸੀਂ ਵੇਖਿਆ ਸੀਗਾ ਜੀ, ਫੇਸਬੁੱਕ 'ਤੇ ਪਾਇਆ ਵਾ, ਅਸੀਂ ਵੀ ਇਸ ਤਰ੍ਹਾਂ ਕਰਕੇ ਵੇਖੀਏ ਤਾਂ ਉਹ ਇਸ ਤਰ੍ਹਾਂ ਰਬੜ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਬਣ ਗਿਆ ਜਿਸ ਤਰ੍ਹਾਂ ਅਸੀਂ ਵੇਖਿਆ ਸੀ। ਹਾਂਜੀ, ਅਸੀਂ ਗੁੰਨਣ ਤੋਂ ਬਾਅਦ ਉਹਦਾ ਪੇੜਾ ਕਰ ਲਿਆ, ਪਾਣੀ ਵਿੱਚ ਘੋਲੀ ਗਏ ਅਤੇ ਉਹ ਵਾਈਟ ਪਾਣੀ ਹੋ ਗਿਆ, ਜਿਹੜਾ ਆਟਾ ਸੀ ਉਹ ਘੁਲ ਗਿਆ, ਬਾਕੀ ਬਾਅਦ 'ਚ ਰਬੜ ਰਹਿ ਗਈ। ਹਾਂਜੀ, ਹੁਣ ਇਦੋਂ ਬਾਅਦ ਕੋਈ ਆਟਾ ਘੁਲ ਨਹੀਂ ਰਹੀ ਉਹ ਰਬੜ। ਹਾਂਜੀ, ਇਸ ਦੀ ਜਾਂਚ ਹੋਣੀ ਚਾਹੀਦੀ ਆ ਵੀ ਇਹਦੇ ਵਿੱਚ ਕੀ ਮਿਲਾਇਆ ਵਾ। ਪਰਿਵਾਰਿਕ ਮੈਂਬਰਾਂ ਮੁਤਾਬਕ ਉਹ ਕਈ ਸਾਲ ਤੋਂ ਇਸੇ ਕੰਪਨੀ ਦਾ ਆਟਾ ਇਸਤੇਮਾਲ ਕਰਦੇ ਆ ਰਹੇ ਨੇ, ਜਿਸ ਕਰਕੇ ਉਹ ਸਰਕਾਰ ਤੋਂ ਆਟਾ ਬਣਾਉਣ ਵਾਲੀ ਕੰਪਨੀ ਖਿਲਾਫ ਹੁਣ ਕਾਰਵਾਈ ਦੀ ਮੰਗ ਕਰ ਰਹੇ ਨੇ। ਪ੍ਰਸ਼ਾਸਨ ਤੋਂ ਇਹੀ ਹੈ ਕਿ ਜਿਵੇਂ ਹੁਣ ਇਹ ਬਹੁਤ ਹਾਈ ਲੈਵਲ 'ਤੇ ਕੰਪਨੀ ਹੈ ਆਸ਼ੀਰਵਾਦ, ਹੁਣ ਮੋਦੀ ਜੀ ਹੈ, ਇਹ ਸਰਕਾਰ ਹੈ ਮੋਦੀ ਜੀ ਦੀ ਉੱਪਰ,
ਇਹਨਾਂ ਨੂੰ ਇਹ ਚਾਹੀਦਾ ਵੀ ਇਹ ਆਟਾ ਹਰ ਸਟੇਟ 'ਚ ਵਿਕ ਰਿਹਾ, ਇਹ ਆਟੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਜਦੋਂ ਇਸ ਸੰਬੰਧੀ ਸਿਹਤ ਵਿਭਾਗ ਦੇ ਡਾਕਟਰ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਲੋਕਾਂ ਨੂੰ ਅਜਿਹੀਆਂ ਵਸਤੂਆਂ ਤੋਂ ਦੂਰੀ ਬਣਾਏ ਰੱਖਣ ਦੀ ਸਲਾਹ ਦਿੱਤੀ। ਇਹ ਆਟਾ ਜੀ ਜੇ ਪਲਾਸਟਿਕ ਮਿਕਸ ਹੈ ਜੀ, ਮੈਂ ਵਟਸਐਪ 'ਤੇ ਵੀਡੀਓ ਦੇਖੀ ਹੈ, ਇਹ ਵੈਸੀ ਸਿਹਤ ਲਈ ਹਾਰਮਫੁੱਲ ਆ, ਇਹਦੇ ਲਈ ਅੰਤੜੀ ਦੀ ਇਨਫੈਕਸ਼ਨ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਜਦੋਂ ਅੰਤੜੀ 'ਚ ਇਨਫੈਕਸ਼ਨ ਹੋ ਗਈ ਤਾਂ ਪੇਸ਼ੈਂਟ ਨੂੰ ਲੂਜ਼ ਮੋਸ਼ਨ, ਵੋਮਟਿੰਗ, ਕੁਛ ਵੀ ਡਾਇਰੀਆ ਟਾਈਪ ਹੋ ਸਕਦਾ। ਪਹਿਲੇ ਇਹ ਛੋਟੇ ਛੋਟੇ ਸਟੇਜਸ ਹੁੰਦੀਆਂ, ਫਿਰ ਅੰਤ 'ਤੇ ਜਾ ਕੇ ਐਂਡ 'ਤੇ ਜੇ ਲੋਕ ਇਹੀ ਆਟਾ ਖਾਂਦੇ ਰਹਿਣਗੇ ਤਾਂ ਵਾਰ ਵਾਰ ਫਿਰ ਪੇਸ਼ੈਂਟ ਨੂੰ ਟੱਟੀਆਂ ਆਉਂਦੀਆਂ, ਫਿਰ ਬਲੱਡ ਆਉਂਦਾ ਉਹ 'ਚ, ਫਿਰ ਪਸ ਆਉਂਦੀ ਹੈ, ਇਹਨੂੰ ਅਲਸਰਸ ਕਹਿ ਦਿੰਦੇ ਆ। ਅਲਸਰ ਤੋਂ ਬਾਅਦ ਇਹ 'ਚ ਮੇਦੇ ਸੋਜ ਆਉਣ ਲੱਗੇ, ਫਿਰ ਅਲਸਰੇਟਿਵ ਕੋਲਾਈਟਿਸ ਹੋ ਜਾਂਦਾ, ਠੀਕ ਹੈ। ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ। ਹਾਂਜੀ, ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਇਹ ਕੋਈ ਧੰਦਾ ਨਵਾਂ ਨਹੀਂ ਹੈ। ਮਿਲਾਵਟੀ ਦੁੱਧ, ਦਹੀਂ, ਮਿਠਾਈਆਂ ਅਤੇ ਹੋਰ ਪਤਾ ਨਹੀਂ ਕੀ ਕੁਝ ਅਨੇਕਾਂ ਹੀ ਲੋਕ ਇਸ ਜ਼ਹਿਰ ਦਾ ਸ਼ਿਕਾਰ ਹੋ ਚੁੱਕੇ ਨੇ, ਪਰ ਇਹਨਾਂ ਮਿਲਾਵਟ ਖੋਰਾਂ ਖਿਲਾਫ ਕਾਰਵਾਈ ਦੇ ਨਾਂ ਤੇ ਹਲੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ। ਬਠਿੰਡਾ ਤੋਂ ਦੀਪੂ ਸ਼ਰਮਾ, D5 ਚੈਨਲ, ਪੰਜਾਬੀ। ਬਲਾਤਕਾਰ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਸੁੱਚਾ ਸਿੰਘ ਲੰਗਾਹ ਨੂੰ ਗੁਰਦਾਸਪੁਰ ਅਦਾਲਤ ਵਿੱਚ ਪੇਸ਼ੀ ਤੇ ਲਿਆਂਦਾ ਗਿਆ। ਪੇਸ਼ੀ ਦੌਰਾਨ ਗਵਾਹਾਂ ਦੇ ਬਿਆਨਾਂ ਨੂੰ ਕਲਮਬੱਧ ਕੀਤਾ ਗਿਆ। ਵੇਖੋ ਪੂਰਾ ਮਾਮਲਾ। ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਜੋ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਲੰਗਾਹ ਨੂੰ ਗੁਰਦਾਸਪੁਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਤਿੰਨ ਗਵਾਹਾਂ ਦੇ ਬਿਆਨ ਦਰਜ ਹੋਏ, ਜਿਨ੍ਹਾਂ ਵਿੱਚ ਇੱਕ ਪੁਲਿਸ ਅਧਿਕਾਰੀ, ਇੱਕ ਸਿਵਲ ਹਸਪਤਾਲ ਤੋਂ ਅਤੇ ਇੱਕ ਸਹਿਕਾਰੀ ਬੈਂਕ ਦਾ ਮੈਨੇਜਰ ਸ਼ਾਮਲ ਸੀ। ਇਹਨਾਂ ਤਿੰਨਾਂ ਗਵਾਹਾਂ ਦੇ ਬਿਆਨ ਬੰਦ ਅਦਾਲਤ ਵਿੱਚ ਹੋਏ ਅਤੇ ਕਿਸੇ ਨੂੰ ਵੀ ਅਦਾਲਤ ਦੇ ਕੋਲ ਤੱਕ ਆਉਣ ਨਹੀਂ ਦਿੱਤਾ ਗਿਆ। ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਲੰਗਾਹ ਤੇ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਔਰਤ ਆਪਣੇ ਬਿਆਨਾਂ ਤੋਂ ਮੁਕਰ ਗਈ ਸੀ। ਇਸ ਖਬਰ ਨੇ ਪੰਜਾਬ ਦੇ ਸਿਆਸੀ ਜਗਤ ਤੋਂ ਲੈ ਕੇ ਆਮ ਲੋਕਾਂ ਤੱਕ ਵੱਡੀ ਚਰਚਾ ਛਿੜ ਦਿੱਤੀ ਕਿ ਆਖਿਰਕਾਰ ਮਾਜ਼ਰਾ ਕੀ ਹੈ। ਪਹਿਲਾਂ ਵੱਡੇ ਪੱਧਰ ਤੇ ਇਲਜ਼ਾਮ ਤਰਾਸ਼ੀ ਅਤੇ ਫਿਰ ਮੁਕਰ ਜਾਣਾ। ਖੈਰ, ਲੰਗਾਹ ਦੀ ਪੇਸ਼ੀ ਮੌਕੇ ਸਤਿਕਾਰ ਕਮੇਟੀ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ। ਉਹਨਾਂ ਵਿੱਚ ਰੋਸ ਇਸ ਗੱਲ ਦਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਬਾਵਜੂਦ ਲੰਗਾਹ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਅਸੀਂ ਇੱਥੇ ਪਹੁੰਚੇ ਹਾਂ ਜੋ ਅਕਾਲ ਤਖ਼ਤ ਸਾਹਿਬ ਦੀ ਹੁਕਮਨਾਮੇ ਦੀ ਉਲੰਘਣਾ ਕਰਕੇ ਇੱਕ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਹੋਏ ਵਿਅਕਤੀ ਦੀ ਮੁਲਾਕਾਤ ਪਾਉਣ ਜਾਂ ਉਹਦੇ ਸਮਰਥਨ ਵਿੱਚ ਆਪਣੇ ਆਪ ਨੂੰ ਧਰਮੀ ਤੇ ਅਕਾਲੀ ਅਖਾਉਣ ਵਾਲੇ ਜਿਹੜੇ ਇੱਥੇ ਆਏ ਹੋਏ ਨੇ, ਅਸੀਂ ਉਹਨਾਂ ਦਾ ਵਿਰੋਧ ਕਰਨ ਵਾਸਤੇ ਆਏ ਹਾਂ ਕਿ ਜਿਹੜੇ ਅਕਾਲੀ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਨਹੀਂ ਮੰਨਦੇ, ਕੀ ਇਹਨਾਂ ਨੂੰ ਅਕਾਲੀ ਕਹਿਣਾ ਚਾਹੀਦਾ? ਅਸੀਂ ਇਸ ਚੀਜ਼ ਦਾ ਵਿਰੋਧ ਕਰਨਾ ਹੈ। ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੋਇਆ ਕਿ ਜੋ ਲੰਗਾਹ ਬਲਾਤਕਾਰ ਦਾ ਕੇਸ ਦਾ ਸਾਹਮਣਾ ਕਰ ਰਿਹਾ, ਇਹ ਬੰਦਾ ਜਿਹੜਾ ਹੈ ਇਹਦੇ ਨਾਲ ਕੋਈ ਰਾਜਨੀਤਿਕ ਦੀ ਸਾਂਝ ਨਹੀਂ ਹੋਣੀ ਚਾਹੀਦੀ, ਰੋਟੀ ਬੇਟੀ ਦੀ ਕੋਈ ਸਾਂਝ ਨਹੀਂ ਹੋਣੀ ਚਾਹੀਦੀ, ਇਹਦੀ ਕਿਸੇ ਗੁਰਦੁਆਰੇ 'ਚ ਅਰਦਾਸ ਨਹੀਂ ਹੋਣੀ ਚਾਹੀਦੀ, ਇਹਨੂੰ ਕਿਹਦਾ ਕਿਸੇ ਗੁਰਦੁਆਰੇ 'ਚ ਅਖੰਡ ਪਾਠ ਨਹੀਂ ਹੋਣਾ ਚਾਹੀਦਾ। ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ, ਨੁਮਾਇੰਦੇ, ਮੈਂਬਰ ਪਹੁੰਚੇ ਹੋਏ ਨੇ, ਜਿਨ੍ਹਾਂ ਦਾ ਮੈਂ ਨਾਮ ਵੀ ਲੈ ਸਕਦਾ। ਗੁਰਦੁਆਰਾ ਬਾਬਾ ਸ੍ਰੀ ਚੰਦ ਟਾਹਲੀ ਸਾਹਿਬ ਦਾ ਪ੍ਰਧਾਨ ਹੈ ਸੁਲਖਣ ਸਿੰਘ, ਮੈਨੇਜਰ ਜਿਹੜਾ ਮੈਂਬਰ ਮੈਨੇਜਰ ਆ, ਉਹ ਵੀ ਸਾਰੇ ਪਹੁੰਚੇ ਹੋਏ ਨੇ। ਸੋ ਅਸੀਂ ਇਹਦਾ ਵਿਰੋਧ ਕਰਨ ਆਏ ਹਾਂ ਕਿ ਅਕਾਲੀ ਹੁੰਦਿਆਂ ਹੋਇਆ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਦੇ ਨੇ ਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਨ ਦੀ ਆਸ ਅਸੀਂ ਕਿਹਦੇ ਤੋਂ ਰੱਖਦੇ ਹਾਂ? ਸੋ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਦੀ ਅਗਲੀ ਪੇਸ਼ੀ 26 ਮਾਰਚ ਨੂੰ ਹੋਵੇਗੀ। ਮੁੱਖ ਤੌਰ ਤੇ ਇਲਜ਼ਾਮ ਲਗਾਉਣ ਵਾਲੀ ਤਾਂ ਪਹਿਲਾਂ ਹੀ ਮੁਕਰ ਚੁੱਕੀ ਹੈ ਤੇ ਅਦਾਲਤ ਹੋਰ ਗਵਾਹਾਂ ਦੇ ਬਿਆਨ ਕਲਮਬੱਧ ਕਰ ਰਹੀ ਹੈ। ਫੈਸਲਾ ਕੀ ਹੋਵੇਗਾ ਇਹ ਤਾਂ ਸਮੇਂ ਨਾਲ ਪਤਾ ਚੱਲ ਹੀ ਜਾਵੇਗਾ। ਗੁਰਦਾਸਪੁਰ ਤੋਂ ਹੇਮੰਤ ਨੰਦਾ, D5 ਚੈਨਲ, ਪੰਜਾਬੀ। ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨਾਂ 'ਚ ਖੁਦਕੁਸ਼ੀ ਕਰਨ ਦਾ ਰੁਝਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਕਸਬਾ ਅਸ਼ਨਾਲਾ ਤੋਂ ਹੈ, ਜਿੱਥੇ ਇੱਕ ਨੌਜਵਾਨ ਨੇ ਕੁਝ ਇਸ ਤਰ੍ਹਾਂ ਆਪਣੀ ਹੱਡ ਪਿੱਤੀ ਬਿਆਨ ਕੀਤੀ।
ਮੈਂ ਵਿੱਕੀ ਆਪਣੀ ਵੋਟੀ ਅਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਰਿਹਾ। ਮੇਰੀ ਮੌਤ ਦਾ ਕਾਰਨ ਮੇਰੀ ਸੱਸ ਤੇ ਸਹੁਰਾ, ਵੋਟੀ, ਦੋ ਸਾਲੇ ਤੇ ਦੋ ਸਾਡੂ ਹਨ। ਇਹਨਾਂ ਉੱਪਰ ਕਾਰਵਾਈ ਕੀਤੀ ਜਾਵੇ। ਇਹ ਸੁਸਾਈਡ ਨੋਟ ਅੰਮ੍ਰਿਤਸਰ ਦੇ ਕਸਬਾ ਅਜਨਾਲਾ ਦੇ ਇੱਕ ਨਵੇਂ ਵਿਆਹੇ ਨੌਜਵਾਨ ਨੇ ਲਿਖਿਆ, ਜੋ ਹੁਣ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕਿਆ। ਵਿੱਕੀ ਨਾਂ ਦੇ ਨੌਜਵਾਨ ਦਾ ਵਿਆਹ ਹਾਲੇ ਪਿਛਲੇ ਸਾਲ ਹੀ 10 ਅਕਤੂਬਰ 2017 ਨੂੰ ਹੋਇਆ ਸੀ। ਵਿੱਕੀ ਦਾ ਸਹੁਰਾ ਪਰਿਵਾਰ ਪਿੰਡ ਖੂਨੀ ਕਲੇਰ ਗੁਰਦਾਸਪੁਰ ਤੋਂ ਹੈ, ਪਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਵਿੱਕੀ ਅਤੇ ਉਸਦੀ ਘਰਵਾਲੀ ਵਿੱਚ ਝਗੜਾ ਰਹਿਣ ਲੱਗਿਆ। ਮ੍ਰਿਤਕ ਵਿੱਕੀ ਦੇ ਪਰਿਵਾਰ ਦੇ ਮੁਤਾਬਕ ਉਹ ਸਹੁਰਾ ਪਰਿਵਾਰ ਤੋਂ ਕਾਫ਼ੀ ਤੰਗ ਪਰੇਸ਼ਾਨ ਰਹਿੰਦਾ ਸੀ, ਜਿਸ ਦੇ ਕਾਰਨ ਉਸ ਨੇ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ ਹੈ। ਆਤਮ ਹੱਤਿਆ ਤੋਂ ਪਹਿਲਾਂ ਵਿੱਕੀ ਨੇ ਆਪਣੇ ਕਮਰੇ ਦੀ ਕੰਧ 'ਤੇ ਪੈੱਨ ਨਾਲ ਇਹ ਸੁਸਾਈਡ ਨੋਟ ਲਿਖਿਆ। ਮੇਰਾ ਬ੍ਰਦਰ ਸੀ ਵੱਡਾ ਵਿੱਕੀ, ਜੋ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਕੱਲ੍ਹ ਖੁਦਕੁਸ਼ੀ ਕਰ ਬੈਠਾ। ਉਹਦੇ ਸਹੁਰੇ ਪਰਿਵਾਰ ਬਹੁਤ ਤੰਗ ਕਰਦੇ ਸੀ ਉਹਨੂੰ, ਬਹੁਤ ਟੋਰਚਰ ਕਰਦੇ ਸੀ, ਜਾਨੋਂ ਮਰਨ ਧਮਕੀਆਂ ਦਿੱਤੀਆਂ ਸੀ। ਔਰ 10 ਤਰੀਕ ਨੂੰ ਸਾਡੇ ਘਰ ਆ ਕੇ ਰਾਤ ਨੂੰ ਧਮਕੀਆਂ ਦੇ ਗਏ ਨੇ, ਅਤੇ ਉਸ ਦੇ ਵਿੱਚ ਉਹਨੇ ਅਗਲੇ ਦਿਨ ਆ ਕੇ 5:30 ਵਜੇ ਸੁਸਾਈਡ ਕਰ ਲਿਆ ਆਪਣਾ। ਅਤੇ ਕੋਈ ਨੋਟਿਸ ਨਹੀਂ ਦਿੱਤਾ ਜੀ ਉਹਨਾਂ ਨੇ? ਹਾਂ, ਨੋਟਿਸ ਆਪਣੇ ਦਰਵਾਜ਼ੇ 'ਤੇ ਲਿਖ ਦਿੱਤਾ ਹੈ ਆਪਣੇ ਨੇ। ਮਾਮਲਾ ਪੁਲਿਸ ਕੋਲ ਪਹੁੰਚਿਆ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਵਿੱਕੀ ਦੀ ਸੱਸ, ਸਹੁਰਾ, ਸਾਲੇ ਅਤੇ ਸਾਂਢੂਆਂ 'ਤੇ ਮਾਮਲਾ ਦਰਜ ਕਰ ਲਿਆ। ਕੀ ਪੁੱਤਰ ਅੰਮ੍ਰਿਤ ਲਾਲ ਨੇ ਇਤਲਾਹ ਦਿੱਤੀ ਹੈ ਕਿ ਉਹਦਾ ਭਰਾ ਜਿਹੜਾ ਵਾ ਵਿੱਕੀ, ਸਾਨੂੰ ਅੰਮ੍ਰਿਤ ਲਾਲ 5-6 ਮਹੀਨੇ ਪਹਿਲਾਂ ਦੀ ਸ਼ਾਦੀ ਹੋਈ ਸੀ ਹਰਵਿੰਦਰ ਕੌਰ ਨਾਲ, ਅਤੇ ਉਹਨਾਂ ਦੀ ਅਣਬਣ ਰਹਿੰਦੀ ਸੀ, ਅਤੇ ਅਣਬਣ ਕਰਕੇ ਉਹਨੂੰ ਉਹਦਾ ਸੱਸ, ਸਹੁਰਾ, ਸਾਲੇ ਅਤੇ ਸਾਂਢੂ ਤੰਗ ਪਛਾਣ ਕਰਦੇ ਸੀ। ਕੱਲ੍ਹ ਉਹਨੇ ਕੋਈ ਨਸ਼ੀਲੀ ਚੀਜ਼ ਨਿਕਲ ਕੇ ਉਹਨੇ ਆਤਮ ਹੱਤਿਆ ਕਰ ਲਈ ਆ, ਅਤੇ ਅਸੀਂ ਕੇਸ ਰਜਿਸਟਰ ਕਰਤਾ ਵਾ, ਅਗਲੀ ਕਾਰਵਾਈ ਮੈਂ ਲਿਆ ਰਿਹਾ, ਜੋ ਵੀ ਤੱਥ ਸਾਹਮਣੇ ਹੋਣਗੇ ਉਹਦਾ ਕਾਰਵਾਈ ਕੀਤੀ ਜਾਏਗੀ। ਪਰਿਵਾਰ ਤੋਂ ਕਿਹਦੇ ਕਿਹਦੇ 'ਤੇ ਕਾਰਵਾਈ ਕੀਤੀ? ਇਹ ਸੱਸ, ਸਹੁਰਾ, ਸਾਲੇ ਅਤੇ ਇਹਦੀ ਘਰਵਾਲੀ ਦੇ ਦੋ ਸਾਂਢੂ ਆ। ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਸਵਾਲ ਉੱਠਦੇ ਨੇ ਕਿ ਆਖਿਰਕਾਰ ਇਹਨਾਂ ਮਾਮਲਿਆਂ ਦੀ ਹਕੀਕਤ ਕੀ ਹੈ? ਕੀ ਸੱਚਮੁੱਚ ਸਹੁਰਾ ਪਰਿਵਾਰ ਇਸ ਵਿੱਚ ਦੋਸ਼ੀ ਹੈ? ਇਹ ਤਾਂ ਮੁਕੰਮਲ ਜਾਂਚ ਤੋਂ ਬਾਅਦ ਪਤਾ ਚੱਲੇਗਾ। ਪਰ ਇਸ ਤਰ੍ਹਾਂ ਹਾਲਾਤਾਂ ਤੋਂ ਹਾਰ ਕੇ ਜ਼ਿੰਦਗੀ ਖਤਮ ਕਰ ਲੈਣਾ ਕਿਸੇ ਮੁਸੀਬਤ ਦਾ ਹੱਲ ਨਹੀਂ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਦੇਸ਼ ਤੇ ਦੁਨੀਆ ਦੀਆਂ ਤਾਜ਼ੀਆਂ ਖਬਰਾਂ ਲਈ ਤੁਸੀਂ ਵੇਖਦੇ ਰਹੋ D5 ਚੈਨਲ ਪੰਜਾਬੀ। ਧੰਨਵਾਦ।